ਧੰਨ ਮੇਰੀ ਪੀੜ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕਰਕੇ ਸਿੱਖਾਂ ਨੂੰ ਇਸ ਪਵਿੱਤਰ ਸਥਾਨ ਨਾਲ ਜਦੋਂ ਵੀ ਦਰਸ਼ਨ ਦਦਾਰੇ ਕਰਨੇ ਅਤੇ ਸ਼ਾਸਤਰ ਅਤੇ ਨਾਲ ਕੀਮਤੀ ਘੋੜੇ ਜਿਹੜੇ ਆ ਉਹ ਲੈ ਕੇ ਆਉਣ ਦਾ ਆਦੇਸ਼ ਕੀਤਾ ਸੀ। ਗੁਰੂ ਪੰਜਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਮੇਰੀ ਪੀਰੀ ਦਾ ਪਵਿੱਤਰ ਸਿਧਾਂਤ ਸਤਿਗੁਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਸੱਚਖੰਡ ਵੱਲ ਮੁੱਖ ਕਰਕੇ ਇਸ ਪਵਿੱਤਰ ਸਥਾਨ ਦੀ ਰਚਨਾ ਕੀਤੀ। ਔਰ ਜਦੋਂ ਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਪਾਤਸ਼ਾਹ ਦਾ ਇਹ ਪਵਿੱਤਰ ਤਖ਼ਤ 'ਤੇ ਕੋਈ ਜਥੇਦਾਰ ਸਾਹਿਬ ਸੁਸ਼ੋਭਿਤ ਹੁੰਦੇ ਆ ਅਤੇ ਸਭ ਤੋਂ ਪਹਿਲਾਂ ਉਹਨੂੰ ਸਿਰਪਾਉ ਦੀ ਬਖਸ਼ਿਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਕਰਦੇ। ਧੰਨ ਧੰਨ ਮੇਰੀ ਪੀੜ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕਰਕੇ ਸਿੱਖਾਂ ਨੂੰ ਇਸ ਪਵਿੱਤਰ ਸਥਾਨ ਨਾਲ ਜਦੋਂ ਵੀ ਦਰਸ਼ਨ ਦਦਾਰੇ ਕਰਨੇ ਅਤੇ ਸ਼ਾਸਤਰ ਅਤੇ ਨਾਲ ਕੀਮਤੀ ਘੋੜੇ ਜਿਹੜੇ ਆ ਉਹ ਲੈ ਕੇ ਆਉਣ ਦਾ ਆਦੇਸ਼ ਕੀਤਾ ਸੀ। ਗੁਰੂ ਪੰਜਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਮੇਰੀ ਪੀਰੀ ਦਾ ਪਵਿੱਤਰ ਸਿਧਾਂਤ ਸਤਿਗੁਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਸੱਚਖੰਡ ਵੱਲ ਮੁੱਖ ਕਰਕੇ ਇਸ ਪਵਿੱਤਰ ਸਥਾਨ ਦੀ ਰਚਨਾ ਕੀਤੀ। ਔਰ ਜਦੋਂ ਵੀ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਪਾਤਸ਼ਾਹ ਦਾ ਇਹ ਪਵਿੱਤਰ ਤਖ਼ਤ 'ਤੇ ਕੋਈ ਜਥੇਦਾਰ ਸਾਹਿਬ ਸੁਸ਼ੋਭਿਤ ਹੁੰਦੇ ਆ ਅਤੇ ਸਭ ਤੋਂ ਪਹਿਲਾਂ ਉਹਨੂੰ ਸਿਰਪਾਉ ਦੀ ਬਖਸ਼ਿਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਕਰਦੇ। ਸੋ ਇਹ ਸਤਿਗੁਰਾਂ ਨੇ ਸਿੱਖਾਂ ਨੂੰ ਇੱਕ ਨਿਵੇਕਲਾ ਸਿਧਾਂਤ ਬਖਸ਼ਿਸ਼ ਕੀਤਾ ਸੀ, ਅੱਜ ਪ੍ਰਣਾਉਣ ਦੀ ਲੋੜ ਆ। ਅੱਜ ਮੈਂ ਦੇਖਦਾ ਜਿਹੜੇ ਧਾਰਮਿਕ ਲੋਕ ਆ ਉਹ ਧਰਮ ਵੱਲ ਹੀ ਸਿੱਧੇ ਆ ਅਤੇ ਜਿਹੜੇ ਰਾਜਨੀਤਿਕ ਆ ਉਹ ਇਕੱਲੀ ਰਾਜਨੀਤੀ ਕਰਦੇ। ਸੋ ਦੋਹਾਂ ਦਾ ਸਤਿਗੁਰੂ ਜੀ ਨੇ ਸਾਨੂੰ ਸੁਮੇਲ ਬਖਸ਼ਿਸ਼ ਕੀਤਾ ਸੀ। ਜਦੋਂ ਵੀ ਗੁਰੂ ਕਾ ਸਿੱਖ ਇਸ ਪਵਿੱਤਰ ਸਿਧਾਂਤ 'ਤੇ ਪਹਿਰਾ ਦਿੰਦਾ ਧਰਮ 'ਤੇ ਰਾਜਨੀਤੀ ਨੂੰ ਅਤੇ ਰਾਜਨੀਤੀ ਨੂੰ ਧਰਮ ਦੀ ਤਾਬਿਆ ਲੈ ਕੇ ਚੱਲਦਾ ਫਿਰ ਸਤਿਗੁਰੂ ਜੀ ਆਪਣਾ ਤਾਣ ਵੀ ਬਖਸ਼ਿਸ਼ ਕਰਦੇ ਆ। ਸੋ ਅੱਜ ਸਥਾਪਨਾ ਦਿਵਸ ਦੇ ਉੱਤੇ ਮੈਂ ਸਾਰੀ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਦੇਖੋ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਿਹੜੀ ਸੁਪਰੀਮ ਬਾਡੀ ਆ ਜਿਹੜੀਆਂ ਉਹਨਾਂ ਨੇ ਆਦੇਸ਼ ਕੀਤੇ ਆ ਉਹ ਆਦੇਸ਼ਾਂ ਨੂੰ ਅਸੀਂ ਯਤਨ ਕਰਾਂਗੇ ਪ੍ਰਬੰਧਕ ਕਰਤਾ ਨਾਲ ਮੈਨੇਜਰ ਸਾਹਿਬ ਨਾਲ ਅਤੇ ਛੋਟੇ ਮੈਨੇਜਰ ਜਿਹੜੇ ਉਹਨਾਂ ਨਾਲ ਅੱਜ ਬੈਠ ਕੇ ਗੱਲ ਕਰਾਂਗੇ ਅਤੇ ਸਾਰੀਆਂ ਲਾਗੂ ਵੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਾ ਤੇਰਾ ਦਰਬਾਰ ਸੱਚਾ ਤੂੰ ਤਖ਼ਤ ਸਿਰ ਸ਼ਾਹਾਂ ਪਾਤਸ਼ਾਹੋ ਨਿਹਚਲ ਚੌਰ ਛੱਤ। ਧੰਨ ਧੰਨ ਮੇਰੀ ਪੀਰ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਸ਼ੁਭ ਦਿਹਾੜੇ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ ਸੀ। ਉਹ ਸਿੱਖਾਂ ਨੂੰ ਮੇਰੀ ਪੀਰ ਦਾ ਇੱਕ ਸਿਖਾਂਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਦੁਨਿਆਵੀ ਤਖ਼ਤ ਸਮੇਂ ਸਮੇਂ 'ਤੇ ਖਤਮ ਹੋ ਜਾਂਦੇ ਨੇ ਲੇਕਿਨ ਜੋ ਅਕਾਲ ਦਾ ਤਖ਼ਤ ਹੈ ਜੋ ਸਮੇਂ ਤੋਂ ਰਹਿਤ ਹੈ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ, ਉਹ ਜੁਗੋ ਜੁਗ ਅਟਲ ਹੈ। ਅੱਜ ਮੇਰੀ ਪੀਰ ਦੇ ਮਾਲਕ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕਰਕੇ ਅਤੇ ਸਿੱਖਾਂ ਨੂੰ ਜੋ ਸਿਖਾਂਤ ਬਖਸ਼ਿਸ਼ ਕੀਤਾ ਸਾਡਾ ਸਭ ਦਾ ਫਰਜ਼ ਬਣਦਾ ਕਿ ਅਸੀਂ ਮੇਰੀ ਪੀਰ ਦੇ ਸਥਾਨ 'ਤੇ ਪਹਿਰਾ ਦਿੰਦੇ ਹੋਏ ਸ਼ਸਤਰ ਅਤੇ ਸ਼ਾਸਤਰ ਦੇ ਧਾਰਨੀ ਹੋਈਏ। ਭਾਵ ਅਸੀਂ ਬਾਣੀ ਅਤੇ ਬਾਣੀ ਦੇ ਨਾਲ ਜੁੜੀਏ, ਅੰਮ੍ਰਿਤ ਛਕੀਏ, ਸ਼ਸਤਰਧਾਰੀ ਹੋਈਏ, ਗੁਰੂ ਵਾਲੇ ਬਣ ਕੇ ਅਤੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰੀਏ। ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀਆਂ ਸੰਗਤਾਂ ਨੂੰ
ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਵਿੱਚ ਦੀਆਂ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਹੇਠਾਂ ਭੋਰੇ ਦੇ ਵਿੱਚ ਬੇਸਮੈਂਟ ਦੇ ਵਿੱਚ ਉਹਦੀ ਸੇਵਾ ਵੈਸੇ ਚੱਲ ਰਹੀ ਹੈ, ਪਰ ਯਤਨ ਕਰਨਾ ਚਾਹੀਦਾ ਕਿ ਛੇਤੀ ਛੇਤੀ ਚਾਲੂ ਕਰਕੇ ਅਤੇ ਇਸ਼ਨਾਨ ਦੀ ਜਿਹੜੀ ਸੇਵਾ ਹੈ ਉਹ ਖੂਹ ਸਾਹਿਬ ਦੇ ਜਲ ਤੋਂ ਲਈ ਜਾਵੇ।